ਸਰ ਪੱਕਾ ਕਾਸੀ ਹੈ ਤੁਹਾਡੀ ਜਿਹੜੀ ਸਾਡੇ ਨਾਲ ਇੱਕ ਟਾਊਨ ਸੀ ਉਹ ਸਿੰਘ ਤੁਸੀਂ 15 ਮਿੰਟਾਂ ਬਾਅਦ ਐਗਜ਼ੈਕਟ 16 ਮਿੰਟ ਕੋਈ ਦੇਖ ਲਓ ਤੇ 15 ਮਿੰਟਾਂ ਬਾਅਦ ਦੁਬਾਰਾ ਇੱਥੇ ਕਰਕੇ ਮੌਜੂਦ ਹੋ ਜੀ ਇਹ ਬਹੁਤ ਵੱਡੀ ਗੁਜ਼ਾਰਿਸ਼ ਹੈ ਤੁਹਾਡੀ ਸੀ ਤੇ ਚਾਹਦਾ ਕਿ ਤੁਸੀਂ ਸਾਡੇ ਵੱਲੋਂ ਫਾਦੀਨ ਪਹਿਲੇ ਦੌਰ ਤੇ ਪਹਿਲੇ ਤੁਸੀਂ ਟਿਕਟ ਲੈਂਦਾ ਮਾਇਓ ਕਹਿੰਦੇ ਆ ਜਿਹੜੇ ਸਾਡੇ ਦਰਮਿਆਨ ਮੌਜੂਦ ਹਨ ਜਿਹੜੇ ਬਾਹਰ ਖਲੋਤੇ ਹਨ ਉਹਨਾਂ ਸੇ ਮੈਂ ਗੁਜ਼ਾਰਿਸ਼ ਕਰਨਾ ਵਾਂ ਕਿ ਅੰਦਰ ਤਸ਼ਰੀਫ ਲਿਆਉਣ ਇਸ ਕਾਨਫਰੰਸ ਦਾ ਇੰਤਹਾਈ ਆਮ ਸੈਸ਼ਨ ਇਸ ਤਰ੍ਹਾਂ ਦੇ ਕਿ ਸਾਡੀ ਇਸ ਸੈਸ਼ਨ ਨੂੰ ਸਾਬਕ ਗਵਰਨਰ ਖੈਬਰ ਪਖਤੂਨਖਵਾ ਕਮਾਂਡਰ ਖਲੀਲ ਉਰ ਰਹਿਮਾਨ ਸਦਾਰਤ ਪੇ ਕਰਦੇ ਹਨ ਅਤੇ ਇਸ ਸੈਸ਼ਨ ਦੇ ਮਹਿਮਾਨ ਖਸੂਸੀ ਲੋਕਲ ਗਵਰਨਮੈਂਟ ਦੇ ਵਜ਼ੀਰ ਜਨਾਬ ਅਨਾਇਤੁੱਲਾ ਸਾਹਿਬ ਅਤੇ ਇਸੀ ਸੈਸ਼ਨ ਦੇ ਮਹਿਮਾਨ ਏਜ਼ਾਜ਼ ਸਾਬਕਾ ਵਜ਼ੀਰ ਜਨਾਬ ਜ਼ਹਿਰ ਅਲੀ ਸ਼ਾਹ ਸਾਹਿਬ ਇਸ ਸੈਸ਼ਨ ਦੇ ਮਹਿਮਾਨ ਏਜ਼ਾਜ਼ ਵੀ ਹੋ ਸਨ ਇਸ ਸੈਸ਼ਨ ਦੇ ਵਿੱਚ ਤੁਰਕੀ ਸੀ ਤਸ਼ਰੀਫ ਲਿਆਏ ਹੋਏ ਸਾਡੇ ਮਹਿਮਾਨ ਮੁਕਰਰ ਯੂਨਾਨ ਖਲੀਲ ਤੋਕਾਰ ਉਹ ਵੀ ਸਾਡੇ ਦਰਮਿਆਨ ਐਜ਼ ਏ ਮਹਿਮਾਨ ਏਜ਼ਾਜ਼ ਤਸ਼ਰੀਫ ਰੱਖ ਸਨ ਮੈਂ ਸਭ ਹਾਜ਼ਰੀਨ ਸੇ ਗੁਜ਼ਾਰਿਸ਼ ਕਰਨਾ ਵਾਂ ਕਿ ਉਹ ਤਸ਼ਰੀਫ ਰੱਖਣ ਅਤੇ ਇਨਸ਼ਾਅੱਲਾ ਉਹ ਤਾਲਾ ਜਿਸ ਤਰ੍ਹਾਂ ਸਾਡਾ ਪਿਛਲਾ ਕੱਲ੍ਹ ਰਾਤ ਦਾ ਸੈਸ਼ਨ ਇੰਤਹਾਈ ਕਾਮਯਾਬ ਗਿਆ ਹੈ ਜਿਸ ਵਿੱਚ ਖੈਬਰ ਪਖਤੂਨਖਵਾ ਦੇ ਗਵਰਨਰ ਜਨਾਬ ਸਰਦਾਰ ਮਹਿਤਾਬ ਅਹਿਮਦ ਖਾਨ ਸਾਹਿਬ ਤਸ਼ਰੀਫ ਲਿਆਏ ਅਤੇ ਉਹਨਾਂ ਨੇ ਆਪਣੀ ਮੁਹੱਬਤ ਅਤੇ ਇਹਨਾਂ ਜ਼ੁਬਾਨਾਂ ਦੇ ਨਾਲ ਪਿਆਰ ਦਾ ਅਮਲੀ ਇਜ਼ਹਾਰ ਵੀ ਕੀਤਾ ਕਿ ਉਹ ਸਪੈਸ਼ਲ ਇਸਲਾਮਾਬਾਦ ਸੀ ਹੈਲੀਕਾਪਟਰ ਚਾਇਨ ਤਸ਼ਰੀਫ ਲਿਆਏ ਉਹਨਾਂ ਨੇ ਕਿਹਾ ਨਹੀਂ ਨਹੀਂ ਮੈਂ ਬਿਲਕੁਲ ਇਸ ਹਿੰਦਕੋ ਆਲਮੀ ਕਾਨਫਰੰਸ ਵਿੱਚ ਮੈਂ ਸ਼ਿਰਕਤ ਕਰ ਸਾਂ ਮੇਰੀ ਮਜਬੂਰੀ ਜ਼ਰੂਰ ਰਹੀ ਕਿ ਮੈਂ ਸਵੇਰੇ ਨਹੀਂ ਆ ਸਕਾਂ ਲੇਕਿਨ ਮੈਂ ਆਪਣੀ ਮਾਂ ਬੋਲੀ ਹਿੰਦਕੋ ਜ਼ੁਬਾਨ ਦਾ ਕਰਜ਼ ਮੈਨੂੰ ਵੀ ਮੇਰੇ 'ਤੇ ਵੀ ਹੈ ਅਤੇ ਉਹ ਸਾਡੇ ਦਰਮਿਆਨ ਕੱਲ੍ਹ ਮੌਜੂਦ ਹੈ ਅਤੇ ਅਸੀਂ ਉਹਨਾਂ ਦੇ ਚਿੰਤਾਈ ਸ਼ੁਕਰ ਗੁਜ਼ਾਰ ਹਾਂ ਕਿ ਹਿੰਦਕੋ ਜ਼ੁਬਾਨ ਅਦਬ ਸਕਾਫਤ ਦੀ ਤਰੱਕੀ ਦੇ ਹਵਾਲੇ ਨਾਲ ਉਹਨਾਂ ਨੇ ਆਪਣੇ ਜਿਸ ਖਲੂਸ ਦਾ ਐਲਾਨ ਕੀਤਾ ਹੈ ਅਸੀਂ ਉਹਨਾਂ ਦੇ ਭਰਪੂਰ ਸ਼ੁਕਰ ਗੁਜ਼ਾਰ ਹਾਂ ਅਸੀਂ ਉਹਨਾਂ ਤਮਾਮ ਹਾਜ਼ਰਾਤ ਦੇ ਵੀ ਸ਼ੁਕਰ ਗੁਜ਼ਾਰ ਹਾਂ ਜਿਹੜੇ ਆਪਣੀ ਕਾਰਾਂ 'ਚੋਂ ਆਏ ਛੁੱਟੀ ਵਾਲੇ ਦਿਨ ਵੀ ਆਏ ਅਸੀਂ ਭੈਣਾਂ ਦੇ ਅਸੀਂ ਮਾਵਾਂ ਦੇ ਅਸੀਂ ਭਰਾਵਾਂ ਦੇ ਅਸੀਂ ਆਪਣੇ ਬਜ਼ੁਰਗਾਂ ਦੇ ਸ਼ੁਕਰ ਗੁਜ਼ਾਰ ਹਾਂ ਕਿ ਜਿਹੜੀ ਆਪਣੀ ਜ਼ੁਬਾਨ ਸਕਾਫਤ ਦੇ ਮੁਹੱਬਤ ਦੇ ਵਿੱਚ ਅਮਲੀ ਇਜ਼ਹਾਰ ਕਰਨ ਵਾਸਤੇ ਉੱਥੇ ਤਸ਼ਰੀਫ ਲਿਆਏ ਕਿਉਂਕਿ ਜਿਹੜੇ ਲੋਕ ਵੀ ਆਪਣੀ ਮਾਂ ਬੋਲੀ ਨੂੰ ਓਨ ਕਰਦੇ ਹਨ ਉਹਨੂੰ ਆਪਣਾ ਕਹਿੰਦੇ ਹਨ ਅਤੇ ਉਸਨੂੰ ਆਪਣਾ ਕਹਿਣ ਦੇ ਬਾਅਦ ਉਸ 'ਤੇ ਫਖਰ ਕਰਦੇ ਹਨ ਅਤੇ ਫਖਰ ਕਰਨ ਦੇ ਬਾਅਦ ਉਸਨੂੰ ਜਦੋਂ ਪ੍ਰਮੋਟ ਕਰਦੇ ਹਨ ਉਸਨੂੰ ਫਰੋਗ ਦਿੰਦੇ ਹਨ ਅਤੇ ਇਹ ਕੰਮ ਫਿਰ ਉਹਨਾਂ ਦੇ ਸਿਰਾਂ 'ਤੇ ਤਾਜ ਸੱਜ ਜਾਂਦਾ ਹੈ ਕਿਉਂਕਿ ਅੱਲਾਹ ਰੱਬੁਲ ਆਲਮੀਨ ਨੇ ਫਰਮਾਇਆ ਕਿ ਮੈਨੇ ਤਮਾਮ ਇਨਸਾਨਾਂ ਨੂੰ ਇੱਕ ਆਦਮ ਸੀ ਪੈਦਾ ਕੀਤਾ ਹੈ ਅਤੇ ਉਹਨਾਂ ਨੂੰ ਜੋੜਿਆਂ 'ਚ ਤਕਸੀਮ ਕੀਤਾ ਹੈ ਉਹਨਾਂ ਨੂੰ ਮੁਖਤਲਿਫ ਕੌਮ ਕਬੀਲਿਆਂ 'ਚ ਤਕਸੀਮ ਕੀਤਾ ਹੈ ਉਹਨਾਂ ਦੀ ਨਸਲ ਦੀ ਬੁਨਿਆਦ 'ਤੇ ਉਹਨਾਂ ਦੀ ਰੰਗ ਦੀ ਬੁਨਿਆਦ 'ਤੇ ਉਹਨਾਂ ਦੀ ਜ਼ੁਬਾਨਾਂ ਦੀ ਬੁਨਿਆਦ 'ਤੇ ਇਹਨਾਂ ਨੂੰ ਮੈਨੇ ਕੌਮਾਂ ਕਬੀਲਿਆਂ 'ਚ ਤਕਸੀਮ ਕੀਤਾ ਹੈ ਇਹ ਕੌਮਾਂ ਕਬੀਲਿਆਂ 'ਚ ਤਕਸੀਮ ਕਰਨ ਦਾ ਅਮਲ ਜੋ ਹੈ ਕਿਸ ਵਾਸਤੇ ਮੈਨੇ ਕੀਤਾ ਹੈ ਪਹਿਚਾਣ ਵਾਸਤੇ ਕੀਤਾ ਹੈ ਫਖਰ ਇਫਤਿਖਾਰ ਵਾਸਤੇ ਨਹੀਂ ਕੀਤਾ ਤਾਸਬ ਵਾਸਤੇ ਨਹੀਂ ਕੀਤਾ ਅੱਲਾਹ ਤਾਲਾ ਕੇ ਫਰਮਾਨੇ ਕਿ ਬਿਨੇ ਇਹਨਾਂ ਦੀ ਕੌਮ ਕਬੀਲਿਆਂ ਨੂੰ ਜੋ ਤਕਸੀਮ ਕੀਤਾ ਹੈ ਸਿਰਫ ਔਰ ਸਿਰਫ ਉਸਦੀ ਜਿਹੜੀ ਫਜ਼ੀਲਤ ਦੀ ਬੁਨਿਆਦ ਹੈ ਉਹ ਤਕਵਾ ਵੇ ਕੋਈ ਜ਼ੁਬਾਨ ਦਾ ਇਖਤਲਾਫ ਨਸਲ ਦਾ ਇਖਤਲਾਫ ਜੁਗਰਾਫੀਆ ਦਾ ਇਖਤਲਾਫ ਨਸਲੋ ਇਫਤਿਖਾ ਖਾਨਦਾਨ ਦਾ ਇਖਤਲਾਫ ਇਹ ਕੋਈ ਮਾਨੀ ਨਹੀਂ ਰੱਖਦਾ ਇਹ ਅੱਲਾਹ ਤਾਲਾ ਵੇ ਕਿ ਕਿਸੇ ਨੂੰ ਅਮੀਰ ਦੇ ਘਰ ਪੈਦਾ ਕਰਦਾ ਕਿਸੇ ਨੂੰ ਕਾਲੇ ਦੇ ਘਰ ਪੈਦਾ ਕਰਦਾ ਕਿਸੇ ਨੂੰ ਚਿੱਟੇ ਦੇ ਘਰ ਪੈਦਾ ਕਰਦਾ ਇਹ ਵਜ੍ਹਾ ਇਮਤਿਆਜ਼ ਤਾਂ ਜ਼ਰੂਰ ਹੈ ਲੇਕਿਨ ਇਹ ਵਜ੍ਹਾ ਇਫਤਿਖਾਰ ਕਤਨ ਨਹੀਂ ਗੀ ਲੇਕਿਨ ਅੱਲਾਹ ਤਾਲਾ ਕੇ ਵੀ ਕਹਿੰਦੇ ਕਿ ਜਿਹੜੀਆਂ ਕੌਮਾਂ ਜਿਹੜੇ ਮਾਸ਼ਰੇ ਆਪਣੀ ਜ਼ੁਬਾਨ 'ਤੇ ਫਖਰ ਕਰਦੇ ਹਨ ਆਪਣੀ ਜ਼ੁਬਾਨ ਨੂੰ ਓਨ ਕਰਦੇ ਹਨ ਅੱਲਾਹ ਤਾਲਾ ਉਹਨਾਂ ਦੇ ਇਕਬਾਲ ਬੁਲੰਦ ਕਰਦਾ ਕਿਉਂਕਿ ਅੱਲਾਹ ਤਾਲਾ ਨੇ ਅਰਬੀ ਲੋਕ ਬੋਲਣ ਵਾਲੇ ਨੇ ਆਪਣੀ ਜ਼ੁਬਾਨ 'ਤੇ ਫਖਰ ਕਰਦੇ ਉਹਨਾਂ 'ਚ ਹੋਰ ਬੁਰਾਈਆਂ ਤਾਂ ਬੜੀਆਂ ਆਈਆਂ ਲੇਕਿਨ ਆਪਣੀ ਜ਼ੁਬਾਨ 'ਤੇ ਤਾਂ ਫਖਰ ਕਰਦੇ ਇਸੇ ਖਾਤਰ ਅੱਲਾਹ ਤਾਲਾ ਨੇ ਫਰਮਾਇਆ ਕਿ ਜਦੋਂ ਮੈਨੇ ਫੈਸਲਾ ਕੀਤਾ ਆਪਣੀ ਆਖਰੀ ਕਿਤਾਬ ਦਾ ਅਤੇ ਮੇਰੀ ਆਖਰੀ ਕਿਤਾਬ ਅਰਬੀ ਮੁਬੀਨ ਜਿਸ ਖਾਤਰ ਨਜ਼ਰ ਕੀਤੀ ਹੈ ਕਿ ਉਹਨਾਂ ਲੋਕਾਂ ਨੇ ਆਪਣੀ ਜ਼ੁਬਾਨ ਦੇ ਅਦਬ ਨੂੰ ਇਤਨੇ ਅਰੂਜ 'ਤੇ ਪਹੁੰਚਾ ਦਿੱਤਾ ਕਿ ਅੱਲਾਹ ਤਾਲਾ ਨੇ ਫੈਸਲਾ ਕੀਤਾ ਕਿ ਮੇਰੇ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਆਪਣੀ ਜ਼ੁਬਾਨ ਨੂੰ ਪ੍ਰਮੋਟ ਕੀਤਾ ਇਹ ਇਸ ਕਾਬਲ ਹਨ ਕਿ ਮੈਂ ਆਪਣੀ ਕਿਤਾਬ ਆਖਰੀ ਕਿਤਾਬ ਅਰਬੀ ਮੁਬੀਨ ਨਾਜ਼ਲ ਕਰਾਂ ਜ਼ੁਬਾਨ ਇੱਕ ਪਛਾਣ ਦਾ ਨਾਮ ਹੈ ਜ਼ੁਬਾਨ ਇੱਕ ਸਕਾਫਤ ਦਾ ਨਾਮ ਹੈ ਜ਼ੁਬਾਨ ਇੱਕ ਤਹਿਜ਼ੀਬ ਦਾ ਨਾਮ ਹੈ ਇਹ ਸਿਰਫ ਬੋਲਚਾਲ ਦੀ ਬਾਲ ਨਹੀਂ ਗੀ ਜਿਹਦਾ ਲੋਕਾਂ ਨੇ ਮੈਂ ਜਮਾਤ ਕਮਾਂਡਰ ਖਲੀਲ ਰਹਿਮਾਨ ਸਾਹਿਬ ਸੇ ਗੁਜ਼ਾਰਿਸ਼ ਕਰਨਾ ਵਾਂ ਕਿ ਉਹ ਸਟੇਜ 'ਤੇ ਤਸ਼ਰੀਫ ਲਿਆਉਣ ਅਤੇ ਉਹ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਬੇਸੀਅਤ ਸਦਰ ਮਜਲਿਸ ਤਸ਼ਰੀਫ ਰੱਖ ਸਨ ਮੈਂ ਦਿਲ ਦੀ ਗਹਿਰਾਈਆਂ ਨਾਲ ਜਨਾਬ ਅਨਾਇਤੁੱਲਾ ਸਾਹਿਬ ਦਾ ਵੀ ਸ਼ੁਕਰ ਗੁਜ਼ਾਰ ਹਾਂ ਜਿਹੜੇ ਬਲਦਿਆਤ ਅਤੇ ਸੂਬਾਈ ਵਜ਼ੀਰ ਹਨ ਖੈਬਰ ਪਖਤੂਨਖਵਾ ਹਕੂਮਤ ਦੇ ਸੂਬਾਈ ਵਜ਼ੀਰ ਹਨ ਉਹ ਬੇਸੀਅਤ ਮਹਿਮਾਨ ਖਸੂਸੀ ਸਾਡੇ ਇਸ ਸੈਸ਼ਨ ਦੇ ਵਿੱਚ ਤਸ਼ਰੀਫ ਫਰਮਾ ਹੋਣ ਮੈਂ ਜਨਾਬ ਜ਼ਹਿਰ ਅਲੀ ਸ਼ਾਹ ਸਾਹਿਬ ਸੇ ਗੁਜ਼ਾਰਿਸ਼ ਕਰਨਾ ਹਾਂ ਕਿ ਉਹ ਵੀ ਤਸ਼ਰੀਫ ਲਿਆਉਣ ਅਤੇ ਮਹਿਮਾਨ ਏਜ਼ਾਜ਼ ਦੀ ਹਸੀਅਤ ਨਾਲ ਇਸ ਸਟੇਜ ਨੂੰ ਰੌਣਕ ਬਖਸ਼ਣ ਜਨਾਬ
زہر علی شاہ صاحب جڑے سابقا وزیر ہن جنہاں تعلق پشور دے نال اے جنہاں تعلق ایک سادات خاندان نال اے میں انہاں سے گزارش کرنا وا کہ اسٹیج تے تشریف لیاؤن میں بحیثیت مہمان اعزاز میں دل دی گہرائیاں نال جناب خلیل توکار جڑے ساڈے باہر دے ترک سی آئے مہمان ہن میں انہاں سے گزارش کرنا وا کہ اسٹیج تے تشریف لیاؤن بحیثیت مہمان اعزاز اسی انہاں دے انتہائی شکر گزار ہاں کہ بیماری دے باوجود ترکی ترابلس سے چل کے ساری دعوت تے تشریف لے آئے بیماری دے باوجود وہ آئے اپنی محبت دے وچ پاکستان دے نال محبت دے وچ ساڈے اس سیشن دے وچ انہاں دا ایک خصوصی خطاب بھی رکھا ہوا ہے پارک پاک ترک دوستی دے حوالے نال وہ اپنے خیالات دا اظہار کر سن وہ بتا سن کہ ساڈے برصغیر دے مسلمان تے ترک مسلمان دے درمیان جڑا ایک اخوت ایک دوستی دا رشتہ آیا اس نوں کس طرح برصغیر دے مسلمانوں نے نبھایا تو ترکاں نے اس نوں پھر کس طرح نبھایا یہ تواڈے سامنے انشاءاللہ پیش کر سن کیونکہ پاکستان تے ترک دے درمیان ایک جڑا اٹوٹ اٹنگ رشتہ وے جڑا عقیدے دی بنیاد تے رشتہ وے جڑے ساڈے درمیان ایک تاریخی رشتہ وے اس تاریخی رشتے دے بارے وچ جناب خلیل توکار تواڈے سامنے بیان کر سن جڑے اج سے اس تقریب دے مہمان اعزاز بھی ہن میں جناب گندائن کو بورڈ پاکستان دے چیئرمین سابقہ چیف سیکرٹری خیبر پختونخوا سابقہ چیف سیکرٹری صوبہ سندھ جڑے ساڑے سے بڑا بڑا اعزاز ہے کہ گندان کو بورڈ دے چیئرمین ہیں وہ بھی ساڑے درمیان موجود ہیں اسٹیج تے اسی انہوں نے شکر گزار ہیں کہ وہ اپنی مصروفیات کٹ کے اسٹیج تے تشریف لائیں تے ساڑی سرپرستی فرمانے پہ میں جناب حاجی علیم جان صاحب سے گزارش کرنا ہوں کہ وہ بھی اسٹیج تے تشریف لیاؤں جناب حاجی حلیم جان صاحب کتے کی ضرورت ہے صبح خیبر پختونخوا دے صدر بھی ساڈے واسطے گندارن کو بورڈ دے رہنما ہن انہوں نے ساڈے واسطے وہ کام کیتا ہے جڑا بہت گھٹ لوگوں نے کیتا ہے حاجی علیم جان صاحب وہ شخصیت ہن جدو سانے جدو غریبی دا زمانہ ہے گندارن کو بورڈ تے ساڈے کول چند ہزار روپئے ہے سانے ایک بڑا بڑا بیڑا چکا ہے کہ اسی قرآن پاک دے ہن کو منظوم ترجمے نو چھاپنے ہاں حاجی صاحب پوچھنے لگے کہ تہاڈے کول کتنے پیسے ہیں سارے ہنے کہ حاجی صاحب ساری جیباں تے خالی نے صرف عزم سارے کول ہے جذبہ ہے نے کہندا پترو فکر نہ کرو ہن میں جانا ہاں تے پشوریاں نو پشوریاں دے دروازے کھٹکھٹانا ہاں تے دیکھ جاؤں کس طرح دیندے حاجی علیم جان صاحب ڈاکٹر ظہور احمد اوان مرحوم تے خالص اللہ خواجہ اے ترے افراد گئے تے انہاں نے ایک دن دے وچ 10,000 روپے 10 لاکھ روپیہ 10 لاکھ روپیہ ایک رات جنہوں نے اکٹھا کیا انہوں سے کلیپنگ سارے میں کہنا ہو گیا سیٹیں پوری ہو گئی اللہ تعالیٰ دے پاک کلام نال کرنے ہاں گندارن کو بورڈ دے ایگزیکٹو ممبر وسیم شاہد صاحب سے میں گزارش کرنا ہاں کہ اس ڈیٹ سے تشریف لیاؤں تے تلاوت کلام پاک دی سعادت حاصل کروں جناب وسیم شاہد صاحب